ਮੁੱਦਾ ਦਿੱਤਾ ਗਿਆ ਸੀ ਉਹਨੂੰ ਮੁਕੰਮਲ ਤੌਰ 'ਤੇ ਹੜਤਾਲ ਕਰਨ ਵਾਸਤੇ ਸਾਥੀ ਜਿਹੜੇ ਤਲਵੰਡੀ ਚੌਧਰੀਆਂ ਤੋਂ ਚੱਲ ਰਹੇ ਆ ਔਰ ਸੁਲਤਾਨਪੁਰ ਲੋਧੀ ਜਿਹੜਾ ਵਾ ਉੱਥੇ ਜਾ ਕੇ ਅਸੀਂ ਜਿਹੜਾ ਹੜਤਾਲ ਜਿਹੜੀ ਕਰਾਂਗੇ ਔਰ ਮੋਦੀ ਸਰਕਾਰ ਨੂੰ ਦੱਸ ਦਿਆਂਗੇ ਵੀ ਜੇ ਉਹ ਸੋਚਦਾ ਵੀ ਜਿਹੜੇ ਬਾਰਡਰਾਂ 'ਤੇ ਬੈਠੇ ਆ ਵੀ ਸ਼ਾਇਦ ਉਹਨਾਂ ਦੇ ਮਗਰ ਹੋਰ ਗੱਲ ਕਰਨ ਵਾਲਾ ਕੋਈ ਨਹੀਂ ਹੈਗਾ ਅਤੇ ਅੱਜ ਉਹਨੂੰ ਦੱਸ ਦਿਆਂਗੇ ਵੀ ਪੂਰਾ ਪੰਜਾਬ ਨਹੀਂ ਪੂਰਾ ਹਿੰਦੁਸਤਾਨ ਜਿਹੜਾ ਵਾ ਵੀ ਦੇਖ ਰਿਹਾ ਵਾ ਵੀ ਪੂਰਾ ਇੰਡੀਆ ਜਿਹੜਾ ਵਾ ਅੱਜ ਬੰਦ ਦੇ ਵੀ ਸੱਦੇ ਦੇ ਉੱਤੇ ਕਿਵੇਂ ਜਿਹੜਾ ਵਾ ਉਹਨਾਂ ਦੀ ਆਵਾਜ਼ ਨਾਲ ਆਵਾਜ਼ ਮਿਲਾ ਰਿਹਾ ਵਾ ਸੰਯੁਕਤ ਮੋਰਚਾ ਜਿਹੜਾ ਵਾ ਉਹਦੀ ਹਰ ਗੱਲ ਨੂੰ ਮੰਨ ਰਿਹਾ ਵਾ ਧਰਨਾ ਤਕਰੀਬਨ ਸ਼ਾਮ 4 ਵਜੇ ਤੀਕਰ ਜਿਹੜਾ ਸਾਨੂੰ ਜਿਹੜਾ ਹੁਕਮ ਹੋਇਆ ਵਾ 4 ਵਜੇ ਦੀ ਇਸੇ ਤਰ੍ਹਾਂ ਹੀ ਬੰਦ ਰਹੇਗਾ ਔਰ ਸ਼ਾਂਤਮਈ ਤਰੀਕੇ ਦੇ ਨਾਲ ਰਹੇਗਾ।